ਵਿਜ਼ਿਟ ਤੇ ਆਉਣ ਵਾਲਾ ਵਾਸਤੇ ਕੀ ਪੈਗਾਮ ਹੈ? ਵਿਜ਼ਿਟ ਤੇ ਆਉਣ ਵਾਲਾ ਤੇ ਇਹੀ ਪੈਗਾਮ ਹੈ ਭਾਜੀ, ਜਿੰਨਾ ਕੋ ਜ਼ਲੀਲ ਹੋਣਾ ਨੇ ਆ ਕੇ ਇੱਥੇ ਭੁੱਖਿਆ ਮਰਨਾ ਨੇ, ਦੱਸੋ ਬਿਸਮਿਲ੍ਲਾ, ਕੋਈ ਟੈਨਸ਼ਨ ਨਹੀਂ ਹੈ, ਸਮਝ ਆ ਗਈ? ਜਿਹੜਾ ਏਜੰਟ ਕਹਿੰਦੇ ਜਾਣ ਕੇ ਕਰਦੇ ਨੇ, ਬਖਵਾਸ ਕਰਦੇ ਨੇ, ਏਜੰਟ ਸਬਦ ਬਾਦ ਖਾਂਦੇ ਨੇ, 2-2 ਲੱਖ ਰੁਪਈਆ ਇੱਥੇ ਨਹੀਂ ਲੱਭਦਾ, 50 ਰੁਪਈਏ ਵੀ ਅਪਰ ਸੀੜੀਆਂ 30 ਰੁਪਏ ਇੱਥੇ ਆ ਕੇ ਲੋਕ ਰੋਂਦੇ ਨੇ, ਰੋਟੀ ਲੋਕ 24 ਘੰਟਿਆਂ ਬਾਅਦ ਰੋਟੀ ਖਾਈ ਦੀ ਇੱਕ ਵਾਰੀ, ਸਮਝ ਆਈ ਜੀ ਗੱਲ ਦੀ? ਐਵੇਂ ਬਕਵਾਸ ਕਰਦੇ ਨੇ ਲੋਕ, ਜੋ ਕੁਛ ਵੀ ਕਰਦੇ ਨੇ ਇੱਥੇ ਵਿਜ਼ਿਟ ਵਾਲੇ ਵਾਸਤੇ, ਬਿਲਕੁਲ ਕੋਈ ਖਾਤਾ ਨਹੀਂ ਭਾਜੀ ਆਪਣੇ ਦਾ, ਇਹਦਾ ਮਤਲਬ ਏਜੰਟ ਆਪਣੀ ਲਾਲਚ ਵਾਸਤੇ ਬੰਦੇ ਨੂੰ ਦੇ ਦਿੰਦਾ ਨੇ, ਆਪਣਾ 4-5 ਲੱਖ ਥੰਮਣਾ ਥੰਮ ਕੇ ਪਾਸੇ ਹੋ ਜਾਣਾ, ਤੁਸੀਂ ਜਾਣੋ ਤੁਹਾਡਾ ਕੰਮ ਜਾਣੇ। ਉਹ ਏਜੰਟ ਕਹਿੰਦੇ ਤੁਸੀਂ ਯੰਗ ਮੁੰਡੇ ਝੂਠ ਬੋਲਦੇ, ਚਲੋ ਤੁਸੀਂ ਬਜ਼ੁਰਗ ਜੇ ਤੁਸੀਂ ਦੱਸੋ, ਝੂਠ ਬੋਲਦੇ ਨੇ ਤੇ ਬੁੱਢੇ ਨਹੀਂ ਝੂਠ ਬੋਲਦੇ, ਗੈਰਤੀ ਸਭ ਬਗੈਰਤੀ, ਜਿਤਨੇ ਏਜੰਟ ਨੇ ਸਭ 2 ਨੰਬਰ, ਕੋਈ ਬੰਦੇ ਦਾ ਪੁੱਤਰ ਨਜ਼ਰ ਨਹੀਂ ਮਿਲੇ ਸੀ ਅੱਜ 7 ਮਹੀਨੇ ਦਾ, ਸਭ ਖਾਣ ਵਾਲੇ। हां जी भट्ट साहब, वीर जी आए पैगाम है, कोई भला विजिट विजिट ना आवे मलेशिया दे कैंट दे लाले तो कहन दे कि 2 लाख तनखा दवांगा, 1.5 लाख रुपए तनखा तो बचे गए इसे लाला दे नहीं क्या सुनो के आदमी सा नाल ले इनन को है पूछ लो जी मौलवी साहब, सारे पाकिस्तानी भरा ने अपने के 2 महीने के 6 महीने के महीना। लो जी जेंट हजरात हाजिर हो, ताडा कारनामा सारे ही माशाल्लाह, जिन्हां तुसीं 1,40,000 ते 2-2 लाख रुपया तनखा दा लाल दे के बुलाया सी, आ सारे ओही बंदे ने। ये